ਅਸਲਾਮ ਅਲੈਕਮ ਜੀ ਅਸੀਂ ਜੀ ਲਾਂਗ ਆਲੈਂਡ ਸਿਟੀ ਆਏ ਆ 2023 ਤੇ 3 ਦਸੰਬਰ ਤੇ ਲਾਂਗ ਆਲੈਂਡ ਸਿਟੀ ਤੇ ਅਸੀਂ ਵੀਡੀਓ ਬਣਾਉਂਦੇ ਆ ਦਿਨ ਦਾ ਟਾਈਮ ਹੈ ਫੇਰ ਰਾਤੀ ਅਸੀਂ ਜਾਣਾ ਮੈਨੈਟਰਨ ਤੇ ਉਮੀਦ ਹੈ ਤੁਹਾਨੂੰ ਸਾਰਾ ਮੈਨੈਟਰਨ ਵੀ ਨਜ਼ਰ ਆਉਂਦਾ ਤੇ ਉਮੀਦ ਹੈ ਪਸੰਦ ਆਏਗੀ ਬੜੀ ਖੂਬਸੂਰਤ ਹੈ ਸੈਨਰੀ ਏ ਕੁئین ਸਾਈਡ ਤੇ ਲਾਂਗ ਆਲੈਂਡ ਸਿਟੀ ਜਿਹੜੀ ਹੈ ਮੈਨੈਟਰਨ ਦੀ ਮੈਨਾਰਟਨ ਸਾਹਮਣੇ ਨਜ਼ਰ ਪਿਆ ਹੁੰਦਾ ਵੈਸੇ ਲਾਂਗਵਲੈਂਡ ਸਿਟੀ ਆਪੂ ਵੀ ਹੁਣ ਮੈਨਾਰਟਨ ਆ ਰਹੀ ਲੱਗਦੀ ਹੈ ਬਹੁਤ ਖੂਬਸੂਰਤ ਹੈ ਤੁਹਾਡਾ ਸੇ ਵੀਡੀਓ ਬਣਾਉਂਦੇ ਆਪੇ ਤੇ ਸ਼ਾਮ ਚਾੜਾਂਗੇ ਕਾਫੀ ਵੀਡੀਓ ਬਣਾ ਲੀਏ ਅਗੂ ਹਫਤਾ 10 ਦਿਨ ਚਾੜਦੇ ਰਵਾਂਗੇ ਇਨਸ਼ਾਅੱਲਾ ਤੇ ਵੇਖੋ ਤੁਹਾਨੂੰ ਜੇ ਪਸੰਦ ਆਵੇ ਮੇਰੇ ਹਾਲ ਨਾ ਪਸੰਦ ਆਉਣੀ ਚਾਹੀਦੀ ਹੈ ਬੜੀ ਸੋਹਣੀ ਬੜਾ ਸੋਹਣਾ ਨਜ਼ਾਰਾ ਹੈ ਵੀ ਸਾਹਮਣੇ ਮੈਨਾਰਟਨ ਵੀ ਨਜ਼ਰ ਪਿਆ ਹੁੰਦਾ ਹੈ ਲਾਂਗਵਲੈਂਡ ਸਿਟੀ ਵੀ ਆਪੂ ਹੀ ਖੂਬਸੂਰਤ ਹੈ ਤੇ ਦਿਨ ਦਾ ਟਾਈਮ ਹੈ ਸ਼ਾਮੀ ਵੈਸੇ ਹਮਨ ਜਾਣੇ ਤੇ ਚਲੋ ਉਹਦੇ ਬਾਅਦ ਦੀਆਂ ਬੱਲਾਂ ਨੇ ਮਗਰ ਗੱਲ ਲੈ ਕੇ ਚਲੋ ਇਹ ਰਾਤੀ ਇਸ ਇਨਸ਼ਾਅੱਲਾ ਚਾੜਾਂਗੇ ਜਦੋਂ ਵੀ ਅੱਜ ਕਾ ਜਦੋਂ ਵੀ ਟਾਈਮ ਲੱਭਾ ਮਗਰ ਬੜੀ ਖੂਬਸੂਰਤ ਹੈ ਤੇ ਤੁਸੀਂ ਦੇਖੋਗੇ ਤੁਸੀਂ ਫਿਰ ਦੱਸੋਗੇ ਜਿਹੜੇ ਸੱਜਣ ਬੇਰੀਆਂ ਦਾ ਫੋਨ ਤੇ ਵੀ ਰਾਬਤਾ ਹੁੰਦਾ ਉਹ ਦੱਸਣ ਤੇ ਕੈਸੀ ਆਵਾਜ਼ ਸਾਫ਼ ਹੁੰਦੀ ਹੈ ਕਿ ਨਹੀਂ ਹੁੰਦੀ ਨਹੀਂ ਤੇ ਅੱਗੇ ਤੇ ਬੰਦੇ ਸੱਜਣ ਬੇਲੀ ਅਕਸਰ ਸ਼ਿਕਾਇਤ ਕਰਦੇ ਹੋਣਗੇ ਯਾਰ ਆਵਾਜ਼ ਨਹੀਂ ਸਾਫ਼ ਹੁੰਦੀ ਤੁਹਾਡੀ ਗੱਲ ਦੀ ਸਮਝ ਹੀ ਨਹੀਂ ਆਉਂਦੀ ਮੈਂ ਤੇ ਹੁਣ ਭਾਈ ਸਮਝਣਾ ਜਿਹੜੀ ਜਿਹੜਾ ਕੈਮਰਾ ਮੈਂ ਲਿਆ ਇਹਦੇ ਨਾਲ ਆਵਾਜ਼ ਸਾਫ਼ ਹੁੰਦੀ ਹੈ ਬਾਕੀ ਫੇਰ ਵੀ ਤੁਸੀਂ ਦੱਸੋ ਕਿ ਮਨੂੰ ਜਿਹੜਾ ਜਿਹਨਾਂ ਸਜਣਾ ਬਲੀ ਨਾਲ ਰابطਾ ਹੁੰਦਾ ਹੈ ਕਿ ਆਵਾਜ਼ ਹੁਣ ਕਲੀਅਰ ਆਉਂਦੀ ਹੈ ਕਿ ਅਜੇ ਵੀ ਨਹੀਂ ਆਉਂਦੀ ਜੇ ਨਹੀਂ ਆਉਂਦੀ ਤੇ ਇਹ ਤਾਂ ਬੜੇ ਅਫਸੋਸ ਦੀ ਗੱਲ ਹੈ ਮੇਰੇ ਹਾਲਾਤਾਂ ਤੇ ਹੁਣ ਬਾਤ ਸਾਫ਼ ਆਉਂਦੀ ਹੈ ਤੇ ਚਲੋ ਤੇ ਤੁਸੀਂ ਜੇ ਖੁਸ਼ ਹੋ ਜਾਓ ਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਮੇਰੀ ਖੁਸ਼ੀ ਹੈ ਤੇ ਇਨਸ਼ਾਅੱਲਾ ਇਹ ਮੈਂ ਦੋ ਕੁ ਮਿੰਟ ਦੇ ਵਿੱਚ ਖਤਮ ਕਰਨ ਲਗਾ ਤੇ ਇਨਸ਼ਾਅੱਲਾ ਫਿਰ ਅਗਲੀ ਵੀਡੀਓ ਤੇ ਫਿਰ ਗੱਲ ਹੋਏਗੀ ਠੀਕ ਹੈ ਜੀ ਓਕੇ ਅੱਲਾ ਹਫਜ਼ ਅਦਾਬ ਸਲਾਮ ਅਲੈਕਮ